ਸਤਿ ਸ਼੍ਰੀ ਅਕਾਲ, ਮੈਂ ਹਰਸ਼ਦੀਪ ਕੌਰ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਵੱਡੀ ਖਬਰ ਇਹ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਲਈ ਅਕਾਲੀ ਦਲ ਨੇ ਵੀ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ ਚਰਚਾ ਚੱਲ ਰਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਖਡੂਰ ਸਾਹਿਬ ਤੋਂ ਉਮੀਦਵਾਰ ਹੋ ਸਕਦੇ ਨੇ, ਪਰ ਆਖਿਰਕਾਰ ਮੋਹਰ ਲੱਗੀ ਹੈ ਵਿਰਸਾ ਸਿੰਘ ਵਲਟੋਹਾ ਦੇ ਨਾਂ 'ਤੇ, ਜੋ 2007 ਤੋਂ 2017 ਤੱਕ ਅਕਾਲੀ ਦਲ ਦੇ ਵਿਧਾਇਕ ਰਹੇ ਅਤੇ ਹੁਣ 2024 ਦੀ ਚੋਣ ਦੇ ਲਈ ਮੈਦਾਨ 'ਚ ਨਿਤਰ ਆਏ ਨੇ। 2019 'ਚ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਉਤਾਰਿਆ ਸੀ ਅਤੇ ਹੁਣ ਦੇਖਣਾ ਹੋਵੇਗਾ ਕਿ ਵਲਟੋਹਾ ਕਿੰਨੀ ਵੱਡੀ ਟੱਕਰ ਦਿੰਦੇ ਨੇ ਬਾਕੀ ਉਮੀਦਵਾਰਾਂ ਨੂੰ, ਕਿਉਂਕਿ ਕਾਫੀ ਦਿਲਚਸਪ ਮੁਕਾਬਲਾ ਹੈ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ, ਕਿਉਂਕਿ ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਬੀਜੇਪੀ ਦੇ ਉਮੀਦਵਾਰ ਨੇ ਮਨਜੀਤ ਸਿੰਘ ਮੰਨਾ ਮੀਆਂਵਿੰਡ ਅਤੇ ਆਮ ਆਦਮੀ ਪਾਰਟੀ ਨੇ ਲਾਲਜੀਤ ਸਿੰਘ ਭੁੱਲਰ, ਜੋ ਕਿ ਵਿਧਾਇਕ ਨੇ, ਮੰਤਰੀ ਨੇ, ਉਹਨਾਂ ਨੂੰ ਮੈਦਾਨ 'ਚ ਉਤਾਰਿਆ। ਕਾਂਗਰਸ ਨੇ ਅਜੇ ਆਪਣੇ ਕੈਂਡੀਡੇਟ ਦਾ ਐਲਾਨ ਨਹੀਂ ਕੀਤਾ। ਵੈਸੇ ਖਡੂਰ ਸਾਹਿਬ ਤੋਂ ਮੌਜੂਦਾ MP ਨੇ ਜਸਬੀਰ ਸਿੰਘ ਗਿੱਲ, ਅਤੇ ਹੋ ਸਕਦਾ ਹੈ ਉਹਨਾਂ ਨੂੰ ਹੀ ਟਿਕਟ ਦਿੱਤੀ ਜਾਏ, ਪਰ ਕੁਝ ਨਹੀਂ ਕਹਿ ਸਕਦੇ ਜਦੋਂ ਤੱਕ ਉਮੀਦਵਾਰ ਦਾ ਐਲਾਨ ਕਾਂਗਰਸ ਨਹੀਂ ਕਰਦੀ ਹੈ। ਅਗਰ ਖਡੂਰ ਸਾਹਿਬ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਸਨੂੰ ਪੰਥਕ ਸੀਟ ਕਿਹਾ ਜਾਂਦਾ ਹੈ। 2019 'ਚ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਵੀ ਇੱਥੋਂ ਚੋਣ ਲੜੀ ਸੀ। ਇੱਥੇ ਜ਼ਿਆਦਾ ਰੂਰਲ ਆਬਾਦੀ ਹੈ, ਪੇਂਡੂ ਆਬਾਦੀ ਹੈ ਇੱਥੇ ਜ਼ਿਆਦਾ, ਅਤੇ ਸਿੱਖ ਆਬਾਦੀ ਹੈ, ਅਤੇ ਇਕਲੌਤੀ ਐਸੀ ਲੋਕ ਸਭਾ ਦੀ ਸੀਟ ਹੈ ਜਿੱਥੇ ਮਾਝਾ, ਮਾਲਵਾ, ਦੁਆਬਾ ਤਿੰਨੋਂ ਇਲਾਕੇ ਪੈਂਦੇ ਨੇ। ਇੱਥੇ ਮਾਝੇ ਦੀਆਂ 6 ਸੀਟਾਂ ਨੇ, ਦੁਆਬੇ ਦੀਆਂ 2 ਸੀਟਾਂ ਨੇ ਅਤੇ ਮਾਲਵੇ ਦੀ 1 ਸੀਟ ਹੈ। ਸੋ ਕਾਫੀ ਦਿਲਚਸਪ ਮੁਕਾਬਲਾ ਇੱਥੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਦੇਖਣ ਨੂੰ ਮਿਲੇਗਾ। ਦੇਖਦੇ ਆ ਲੋਕ ਕਿਹਨੂੰ ਚੁਣਦੇ ਨੇ, ਹੁਣ ਅਕਾਲੀ ਦਲ ਦੇ ਉਮੀਦਵਾਰ ਕਿੰਨੀ ਵੱਡੀ ਟੱਕਰ ਦਿੰਦੇ ਨੇ, ਬਾਕੀ ਉਮੀਦਵਾਰ ਕਿਵੇਂ ਨੇ, ਤੁਸੀਂ ਵੀ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ। ਅਤੇ ਅੰਮ੍ਰਿਤਪਾਲ ਦੀ ਐਂਟਰੀ, ਇਹ ਕਿੰਨੀ ਵੱਡੀ ਚੁਣੌਤੀ ਹੋਵੇਗੀ ਬਾਕੀ ਉਮੀਦਵਾਰਾਂ ਦੇ ਲਈ, ਇਸ ਬਾਰੇ ਵੀ ਤੁਸੀਂ ਕਮੈਂਟ ਕਰਕੇ ਦੱਸੋ ਅਤੇ ਦੇਖਦੇ ਰਹੋ ਪੰਜਾਬ ਤੱਕ। ਕੈਮਰਾ ਪਰਸਨ ਕੋਇਲ ਦੇ ਨਾਲ ਮੈਂ ਅਰਸ਼ਦੀਪ ਕੌਰ, ਪੰਜਾਬ ਤੱਕ।